ਹਾਂਜੀ ਸਤਿ ਸ਼੍ਰੀ ਅਕਾਲ ਜੀ। ਚੜ ਗਿਆ ਜੀ 2018 ਅਤੇ ਦੇਖਦੇ ਹਾਂ 2018 ਦੇ ਵਿੱਚ ਕਿਹਦਾ ਕਿਹਦਾ ਚੰਨ ਚੜ੍ਹਦਾ, ਮੇਰਾ ਮਤਲਬ ਕਿਹਦਾ ਕਿਹਦਾ ਵਿਆਹ ਹੁੰਦਾ। ਅਤੇ ਆ ਜਾਓ ਆਪਾਂ ਕਰਦੇ ਹਾਂ ਲੋਕਾਂ ਨਾਲ ਗੱਲਾਂ। ਅਤੇ ਮੇਰੇ ਪਿੱਛੇ ਪਿੱਛੇ ਆ ਜਾਓ ਫਿਰ। ਕਿਆ ਨਾਮ ਹੈ ਆਪਕਾ? ਸਹਿਜ। ਸਹਿਜ ਆਪਕਾ? ਆਯੁਸ਼। ਆਯੁਸ਼ ਕਿਤਨੀ ਉਮਰ ਹੈ ਆਪਕੀ? 11 ਸਾਲ। 11 ਸਾਲ ਆਪਕੀ? 10। 10 11 ਦੋਨੋਂ ਭਾਈ ਹੋ ਸਕੇ? ਸਕੇ ਨਹੀਂ। ਹਾਂ ਹੋ, ਮੇਰੇ ਮਾਮੀ ਕਾ ਬੇਟਾ। ਓਕੇ, ਕਜ਼ਨ ਹੈ ਆਪਕਾ। ਕਿਤੇ ਸ਼ਾਦੀ ਕਰਵਾਉਣੀ ਹੈ ਆਪਣੇ? ਅਭੀ ਨਹੀਂ। ਕਿਆ ਪਲਾਨ ਹੈ ਫਿਰ ਸ਼ਾਦੀ ਕਾ? ਅਭੀ ਤੋ ਕੁਛ ਨਹੀਂ। ਫਿਰ ਵੀ ਸੋਚਾ ਤਾਂ ਹੋਗਾ? ਕੁਛ ਵੀ ਨਹੀਂ। ਆਪਨੇ? ਕੁਛ ਵੀ ਨਹੀਂ। ਸੋਚ ਤਾਂ ਸੋਚਾ ਹੋਗਾ? ਕੁਛ ਨਹੀਂ। ਕਿਉਂ, ਕੈਸੀ ਲੜਕੀ ਚਾਹੀਏ? ਮਤਲਬ ਸੁੰਦਰ ਸੀ। ਹੈਂ? ਸੁੰਦਰ ਸੀ ਤੇਰੇ ਜੈਸੀ। ਠੀਕ ਹੈ। ਹੋਰ ਬਸ। ਪੜ੍ਹੀ ਲਿਖੀ ਹੋ? ਕਿਤਨੀ ਪੜ੍ਹੀ ਲਿਖੀ ਹੋ? ਜ਼ਿਆਦਾ। 11 ਪੜ੍ਹੀ ਲਿਖੀ ਹੋ? ਜ਼ਿਆਦਾ ਸੇ ਜ਼ਿਆਦਾ। ਜ਼ਿਆਦਾ ਸੇ ਜ਼ਿਆਦਾ ਕਿਤਨੀ? ਜ਼ਿਆਦਾ। ਜ਼ਿਆਦਾ ਸੇ ਜ਼ਿਆਦਾ ਕਿਤਨੀ ਪੜ੍ਹੀ ਤੋਂ ਪੁੱਛ ਰਹਾ ਹੂੰ। ਆਪਕੇ ਵਾਲੀ ਕਿਤਨੀ ਪੜ੍ਹੀ ਲਿਖੀ ਹੋ? 12 ਪਾਸ। 12 ਪਾਸ ਚਲੇ ਗਈ। ਤੁਹਾਡਾ ਵਿਆਹ ਹੋ ਗਿਆ ਹੈ ਨਾ? ਹਾਂਜੀ। ਤੇ ਨਿਆਣੇ ਵੀ ਹੋ ਗਏ? ਹਾਂਜੀ। ਤੇ ਵਿਆਹ? 3 ਬੱਚੇ ਵੀ ਹੈ, ਲੱਗਦੇ ਨਹੀਂ ਤੁਸੀਂ। ਵਿਆਹ ਨੂੰ ਕਿੰਨੇ ਸਾਲ ਹੋ ਗਏ ਜੀ? 18 ਸਾਲ। 18 ਸਾਲ ਵਿਆਹ ਨੂੰ? ਮਤਲਬ ਨੈਚੁਰਲ ਜੀ, ਨੈਚੁਰਲ ਹੀ ਰਹਿੰਦੀ ਹੈ। ਅਤੇ 2018 ਚੜ੍ਹ ਗਿਆ? ਹਾਂਜੀ। ਠੀਕ ਹੈ। ਅਤੇ 2018 'ਚ ਕੀ ਪਲਾਨ ਹੈ, ਵਿਆਹ ਕਰਾ ਰਹੇ? ਨਹੀਂ ਨਹੀਂ। ਕਿਉਂ? 19 'ਚ। 19 'ਚ ਕਰਾਉਣਾ? ਸ਼ਿਓਰ ਹੈ? ਉਮਰ ਕਿੰਨੀ ਹੋ ਗਈ? 26। 26 ਸਾਲ। ਅਤੇ ਆਧਾਰ ਕਾਰਡ 'ਚ ਫੋਟੋ ਸਾਫ਼ ਹੈ? ਸਾਫ਼। ਫਿਰ ਠੀਕ ਹੈ। ਮੈਂ ਤਾਂ ਵਿਆਹ ਹੋਇਆ ਜੀ। ਦੁੱਖ ਜੀ ਨਾ ਕਿਵੇਂ ਬੋਲੇ ਬਾਈ? ਨਾ ਨਾ, ਮੈਂ ਬਹੁਤ ਮੈਂ ਯਾਰ ਵਿਆਹ ਹੋਇਆ ਯਾਰ, ਕੀ ਦੱਸਾਂ ਬਾਈ ਯਾਰ। ਨਹੀਂ ਨਹੀਂ, ਅਜੇ ਤਾਂ ਵਿਆਹ ਹੋਏ ਬੰਦੇ ਆ ਜੀ। ਖੁਸ਼ ਹੈ ਵਿਆਹ ਕਰਾ ਕੇ? ਵਧੀਆ, ਬਹੁਤ ਵਧੀਆ। ਜਮਾ ਜਮਾ ਖੁਸ਼। ਕਿੰਨੇ ਸਾਲ ਹੋ ਗਏ ਵਿਆਹ ਨੂੰ? ਹੋ ਗਏ 1.5 ਸਾਲ ਹੋ ਗਏ ਬਾਈ ਨੂੰ। ਪ੍ਰੋਡਕਸ਼ਨ ਆਈ ਕੋਈ? ਪ੍ਰੋਡਕਸ਼ਨ ਮਤ ਚੱਲ ਰਹੀ ਆ। ਗੁੱਡ ਲੱਕ ਬਾਬਾ, ਚੜ੍ਹਦੀ ਕਲਾ ਰੱਖੇ 2018 ਦੇ ਵਿੱਚ। ਥੈਂਕ ਯੂ। 18 'ਚ ਇਹੀ ਹੈ ਫਿਲਹਾਲ ਤਾਂ ਮੇਰਾ, ਉਹ ਮੰਗਣੀ ਦਾ ਹੀ ਹੈ। ਅੱਛਾ, ਮਤਲਬ ਬੜੀ ਆਸ ਲਗਾਈ ਹੋਈ ਮੈਂ, ਆਸ ਮੱਥਾ ਮੁੱਥਾ ਟੇਕ ਗਿਆ ਕੋਈ? ਹਾਂ, ਮੰਨਤ ਮੰਗੀ ਹੋਈ ਹੈ। ਨਿਆਣਾ? ਸ਼ਾਦੀ ਤੋਂ ਨਹੀਂ, ਅਭੀ ਤਾਂ ਬਹੁਤ ਦੂਰ ਹੈ ਸ਼ਾਦੀ। ਕਿਉਂ? ਅਭੀ ਏਜ ਨਹੀਂ ਆ ਰਹੀ ਤੇ ਹਮ ਸ਼ਾਦੀ ਕਰ ਲੇਂਗੇ। ਠੀਕ ਠੀਕ। ਕੈਸਾ ਲੜਕਾ? ਲੜਕਾ ਤਾਂ ਅਭੀ ਹਮਨੇ ਸੋਚਾ ਹੀ ਨਹੀਂ, ਅਭੀ ਹਮ ਪੜ੍ਹਾਈ ਕੀ ਤਰਫ ਜਾਤੇ ਤੋ ਲੜਕਾ ਹੀ ਹੈ। ਹਾਏ ਹਾਏ, ਇਹ ਤਾਂ ਹੈ ਜੀ, ਜੁਗ ਨੂੰ ਜੁਗ ਟੱਕਰਨਾ ਜ਼ਰੂਰੀ ਹੁੰਦਾ। ਸ਼ਾਦੀ ਹੋ ਗਿਆ ਹੈ? ਨਹੀਂ। ਤਿਆਰੀ ਹੈ? ਅਭੀ ਕੋਈ ਤਿਆਰੀ ਨਹੀਂ। ਕਿਉਂ ਤਿਆਰੀ ਨਹੀਂ ਹੈ? ਅਭੀ ਨਹੀਂ, ਦੋ ਤਿੰਨ ਸਾਲ। ਖੁਦ ਢੂੰਢਣੀ ਹੈ? ਨਹੀਂ, ਖੁਦ ਨਹੀਂ ਢੂੰਢਣੀ, ਆਪਣੀ ਮਰਜ਼ੀ ਸੇ ਘਰ ਪੇ ਆਏਂਗੇ ਲੋਕ। ਹਾਏ ਹਾਏ ਹਾਏ, ਐਸਾ ਕੁਛ ਹੋ ਜਾਏਗਾ ਕੰਮ ਹੈ? ਹੋਰ ਮਤਲਬ ਕਿਆ ਤਿਆਰੀ ਹੈ, ਕੈਸੀ ਕੈਸੀ ਲੜਕੀ ਚਾਹੀਏ ਆਪਕੋ? ਬੜੀਆ ਲੜਕੀ ਚਾਹੀਏ ਆਰਾਮ। ਬੜੀਆ ਮਤਲਬ? ਖਾਣਾ ਵੀ ਬੜੀਆ, ਹਰ ਚੀਜ਼ ਬੜੀਆ ਹੋਣੀ ਚਾਹੀਏ। ਦਿਖਣੇ ਮੈਂ? ਹਾਂ, ਦਿਖਣੇ ਮੈਂ ਕੈਸੀ ਹੋਣੀ ਚਾਹੀਏ? ਬੜੀਆ ਹੋਣੀ ਚਾਹੀਏ। ਕੌਣ ਸੀ ਹੀਰੋਇਨ ਜੈਸੀ ਹੋਣੀ ਚਾਹੀਏ? ਹੀਰੋਇਨ ਜੈਸੀ ਨਹੀਂ ਹੋਣੀ ਚਾਹੀਏ। ਤੋ ਐਸੇ ਸਿੰਪਲ ਚਾਹੀਏ। ਇਹ ਕਿਆ ਗੁਟਕਾ ਲਗਾਤੇ ਹੈ? ਨਹੀਂ। ਤੋ ਜਰਦਾਤ ਹੈ? ਜਰਦਾ ਹੈ ਥੋੜ੍ਹਾ, ਨਹੀਂ ਲਗਾਇਆ ਕੀਜੀ। ਠੀਕ ਠੀਕ ਹੈ। 2018 ਮੈਂ ਛੋੜ ਦੇਂਗੇ ਇਸਕੋ? ਕੱਲ ਸੇ ਛੁੱਟ ਜਾਏਗਾ ਇਹ ਤੋ। ਪੱਕੀ ਬਾਤ ਹੈ? ਔਰ ਅਭੀ ਛੋੜ ਦੋਗੇ ਐਸੇ ਕਰਕੇ, ਮੈਨੂੰ ਪਤਾ ਹੈ। ਔਰ ਬਤਾ ਦੇ, ਕਰਾਓਗੇ ਸ਼ਾਦੀ 2018 ਮੈਂ? ਨਹੀਂ ਸਰ। ਕਿਉਂ? ਬਸ ਐਸਾ ਹੀ ਸਰ। ਕਿਆ ਬਾਤ ਹੈ, ਕਿਆ ਚੱਕਰ ਗਿਆ ਕਿ ਮਤਲਬ ਡਰ ਹੈ ਕਿਸੇ ਬਾਤ ਦਾ? ਨਹੀਂ ਨਹੀਂ, ਡਰ ਕਿਸੇ ਬਾਤ ਦਾ ਨਹੀਂ ਸਰ। ਸ਼ਾਦੀ ਕਰਵਾਉਣੀ ਨਹੀਂ ਸਰ ਅਭੀ। ਕਿਉਂ ਨਹੀਂ ਕਰਾਣੀ? ਟਾਈਮ ਦੇਖ ਕੇ ਕਿਆ ਕਰ ਰਹੇ? ਨਹੀਂ ਨਹੀਂ, ਟਾਈਮ ਤਾਂ ਨਹੀਂ ਦੇਖ ਰਿਹਾ ਫਿਰ। ਕਿਉਂ ਨਹੀਂ ਕਰਾਣੀ ਸ਼ਾਦੀ ਬਤਾਓ ਤੁਸੀਂ? ਸ਼ਾਦੀ ਨੇ ਅਭੀ ਏਜ ਨਹੀਂ ਯਾਰ, 25 ਕੇ ਬਾਅਦ ਹੀ ਕਰਵਾਏ ਸ਼ਾਦੀ। ਅਬ ਕਿਤਨੀ ਹੈ? 21। ਅਬ ਆਪਕੋ ਲੋਕ ਦੇਖੇਂਗੇ, ਸ਼ਾਇਦ ਕਿਸੇ ਕੋ ਪਸੰਦ ਆ ਜਾਓ ਆਪ। ਨਹੀਂ ਨਹੀਂ, ਅਭੀ ਨਹੀਂ। ਕਿਉਂ? ਅਗਰ ਕਿਸੇ ਕੋ ਪਸੰਦ ਆਏਗੇ? ਨਹੀਂ ਨਹੀਂ, ਅਭੀ ਕਰਵਾਉਣੀ ਨਹੀਂ ਯਾਰ ਫਿਰ। ਬੋਲ ਦੋ ਯਾਰ, ਨਹੀਂ ਕਰਾਣੀ, ਜ਼ੋਰ ਸੇ ਬੋਲ ਦੋ, ਨਹੀਂ ਕਰਵਾਉਣੀ ਯਾਰ। ਠੀਕ ਹੈ, ਓਕੇ, ਥੈਂਕ ਯੂ। ਹਾਂਜੀ, ਕਈਆਂ ਨੇ ਤਾਂ ਦੇਖੋ ਵਿਆਹ ਕਰਾ ਲਿਆ ਅਤੇ ਕਈਆਂ ਦੀ ਹਲੇ ਤਿਆਰੀ ਹੈ। ਅਤੇ ਮੈਨੂੰ ਲੱਗਦਾ ਤੁਹਾਡੇ ਵੀ ਕਈ ਮਿੱਤਰ ਹੋਣਗੇ ਜਿਨ੍ਹਾਂ ਨੂੰ 2018 ਦੇ ਵਿੱਚ ਵਿਆਹ ਕਰਾ ਲੈਣਾ ਚਾਹੀਦਾ। ਅਤੇ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਵਿਆਹ ਕਰਾ ਲੈਣਾ ਚਾਹੀਦਾ ਤਾਂ ਉਹਨਾਂ ਨੂੰ ਟੈਗ ਕਰ ਦਿਓ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਇਸ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ। ਥੈਂਕ ਯੂ ਜੀ।